ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਵਿਧਾਨ ਸਭਾ ਹਲਕਾ ਸ਼ਿਤਰਾਣਾ ਦੇ ਵਿੱਚ ਵੋਟਰ ਜਾਗਰੂਕਤਾ ਦੇ ਲਈ ਸਾਈਕਲ ਰੈਲੀ ਦਾ ਆਯੋਜਨ। ਤਹਿਸੀਲਦਾਰ ਸੁਰਿੰਦਰ ਸਿੰਘ ਨੇ ਦਿਖਾਈ ਰੈਲੀ ਨੂੰ ਝੰਡੀ। ਜ਼ਿਲ੍ਹਾ ਸਵੀਪ ਨੋਡਲ ਅਫਸਰ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਦੇ ਵਿੱਚ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਸਵੀਪ ਮੁਹਿੰਮ ਤਹਿਤ ਕਰਵਾਈਆਂ ਜਾ ਰਹੀਆਂ ਵੋਟਰ ਜਾਗਰੂਕਤਾ ਸਰਗਰਮੀਆਂ ਤਹਿਤ ਅੱਜ ਵਿਧਾਨ ਸਭਾ ਹਲਕਾ ਸ਼ਿਤਰਾਣਾ ਦੇ ਸ਼ਹਿਰ ਪਾਤੜਾ ਵਿਖੇ ਸਾਈਕਲ ਰੈਲੀ ਕਰਵਾਈ ਗਈ, ਜਿਸ ਨੂੰ SDM ਕੰਪਲੈਕਸ ਦੇ ਵਿੱਚੋਂ ਤਹਿਸੀਲਦਾਰ ਪਾਤੜਾ ਸੁਰਿੰਦਰ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਤਹਿਸੀਲਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ਼ਿਤਰਾਣਾ ਹਲਕੇ ਦੇ ਵਿੱਚ ਹਰ ਵਰਗ ਦੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ ਵੱਖ ਸਰਗਰਮੀਆਂ ਕਰਵਾਈਆਂ ਜਾ ਰਹੀਆਂ। ਮੈਂ ਡਿਸਟ੍ਰਿਕਟ ਨੋਡਲ ਆਫੀਸਰ ਸਵੀਪ ਗੁਰਬਖਸ਼ੀਸ਼ ਸਿੰਘ ਜੀ, ਸਾਡੀ ਅੱਜ ਦੀ ਜਿਹੜੀ ਸਾਈਕਲ ਰੈਲੀ ਹੈ ਇਹ ਸਾਡੇ ਜ਼ਿਲ੍ਹੇ ਦੇ ਆਈਕਨ ਨੇ ਜਿਹੜੇ ਜਗਵਿੰਦਰ ਜੀ, ਉਹਨਾਂ ਵੱਲੋਂ ਪਲਾਨ ਕੀਤੀ ਗਈ ਹੈ। ਇਹਦਾ ਮਕਸਦ ਹੈ ਕਿ ਵੋਟਰ ਅਵੇਅਰਨੈਸ, ਕਿ ਸਾਡੇ ਜਿਹੜੇ ਆ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਵੋਟ ਪਾਉਣ, ਵੋਟ ਦੀ ਤਾਕਤ ਨੂੰ ਪਹਿਚਾਣਨ। ਐਵਰੀ ਵੋਟ ਕਾਊਂਟਸ, ਹਰੇਕ ਵੋਟ ਦੀ ਕੀਮਤ ਹੈ। ਅਸੀਂ ਇਹ ਸੁਨੇਹਾ ਦੇਣ ਜਾ ਰਹੇ ਹਾਂ ਕਿ ਘਰਾਂ 'ਚ ਨਾ ਬੈਠੋ, ਆਪਣਾ 100% ਜਿਹੜਾ ਗਾ ਵੋਟਾਂ ਦੇ ਵਿੱਚ ਭਾਗੀਦਾਰ ਬਣੋ। ਅਸੀਂ ਜਿੱਦਾਂ ਅੱਜ ਸਾਈਕਲ ਰੈਲੀ ਇਹ ਵੀ ਕਰ ਰਹੇ ਹਾਂ ਜੀ, ਇਸ ਤੋਂ ਇਲਾਵਾ ਸਾਡਾ ਸੋਸ਼ਲ ਮੀਡੀਆ ਦੇ ਉੱਤੇ ਵੀ ਸੰਦੇਸ਼ ਜਾ ਰਹੇ ਨੇ, ਰੰਗੋਲੀਆਂ ਬਣਵਾਈਆਂ ਜਾ ਰਹੀਆਂ ਨੇ, ਕਾਲਜਾਂ ਸਕੂਲਾਂ ਦੇ ਵਿੱਚ ਮਹਿੰਦੀ ਕੰਪੀਟੀਸ਼ਨ ਕਰਵਾਏ ਜਾ ਰਹੇ ਨੇ, ਪੇਂਟਿੰਗ ਕੰਪੀਟੀਸ਼ਨ ਕਰਵਾਏ ਜਾ ਰਹੇ ਨੇ, ਅਤੇ ਮਾਨਯੋਗ ਜਿਹੜੇ ਸਾਡੇ ਚੀਫ ਇਲੈਕਟੋਰਲ ਆਫੀਸਰ ਪੰਜਾਬ ਨੇ ਉਹਨਾਂ ਵੱਲੋਂ ਆਨਲਾਈਨ ਬਹੁਤ ਤਰ੍ਹਾਂ ਦੇ ਕੰਪੀਟੀਸ਼ਨ ਵੀ ਕਰਵਾਏ ਜਾ ਰਹੇ ਨੇ ਜਿਹੜੇ ਕੀਤੇ ਜਾ ਰਹੇ। ਮੈਂ ਕਹਿਣਾ ਚਾਹਾਂਗਾ ਜੀ, ਇਹ ਪਰਸਨ ਵਿਦ ਡਿਸੇਬਿਲਟੀ, ਵੈਸੇ ਸ਼ਬਦ ਵਰਤਿਆ ਜਾਂਦਾ PWD, ਪਰ ਅਸੀਂ ਉਹ ਵੀ ਨਹੀਂ ਕਹਾਂਗੇ, ਦੇ ਆਰ ਦਾ ਮੋਸਟ ਏਬਲਡ ਪਰਸਨਸ, ਕਿ ਜਿਹੜੇ ਲੋਕਾਂ ਨੂੰ ਸੰਦੇਸ਼ ਦੇ ਰਹੇ ਨੇ ਜਗਵਿੰਦਰ ਜੀ ਆਈਕਨ ਨੇ, ਅਤੇ ਇਹਨਾਂ ਨੇ ਪਹਿਲਾਂ ਵੀ ਇੱਥੋਂ ਪਟਿਆਲੇ ਤੋਂ ਪਾਤੜਾਂ ਤੋਂ ਹੋ ਕੇ ਪਟਿਆਲੇ ਤੱਕ ਆਪਣਾ ਸਾਈਕਲ ਚਲਾ ਚੁੱਕੇ ਨੇ, ਅਤੇ ਜਲਦੀ ਇਹ ਜਿਹੜਾ ਪਲਾਨ ਕਰ ਰਹੇ ਨੇ ਕਿ ਇਹਨੂੰ ਪੂਰੇ ਪੰਜਾਬ ਦੇ ਵਿੱਚ ਇਸ ਦੇ ਤਰੀਕੇ ਨਾਲ ਸੁਨੇਹਾ ਦਿੱਤਾ ਜਾ। ਜਿਹੜੀ ਸਾਈਕਲ ਦਾ ਹੈਗਾ ਪਟਿਆਲੇ ਦੇ ਵਿੱਚ ਹੋ ਚੁੱਕੇ ਹੈਗਾ, ਪਟਿਆਲੇ ਦੇ ਵਿੱਚ 2 ਵਾਰ ਜਗਵਿੰਦਰ ਜੀ ਸਾਈਕਲ ਇਸ ਤਰ੍ਹਾਂ ਦੇ ਚਲਵਾ ਚੁੱਕੇ ਨੇ, ਅਤੇ ਅੱਜ ਜਿਹੜਾ ਹੈਗਾ ਇਹ ਸਾਈਕਲ ਇੱਥੇ ਪਾਤੜਾਂ ਦੇ ਵਿੱਚ ਚਲਾਏ ਜਾ ਰਹੇ ਨੇ ਜੀ। ਇਹ ਜਿਹੜਾ ਲੋਕਤੰਤਰ ਦਾ ਤਿਉਹਾਰ, ਸਾਡੇ ਸੁਖਦਰਸ਼ਨ ਸਿੰਘ ਜੀ ਚਹਿਲ ਜਿਹੜੇ ਨੇ ਗੇ, ਉਹਨਾਂ ਨੇ ਜਿਹੜੇ ਸਹਾਇਕ ਨੋਡਲ ਆਫੀਸਰ ਨੇ, ਉਹਨਾਂ ਨੇ ਬਹੁਤ ਅੱਛਾ ਪਲੇ ਤਿਆਰ ਕੀਤਾ। 18ਵਾਂ ਸ਼ੋਅ ਇੱਥੇ ਕਰਨਾ ਹੈਗਾ, ਅਤੇ ਦੂਜਾ 19ਵਾਂ ਫਿਰ ਪਾਤੜਾਂ ਦੇ ਵਿੱਚ ਹੀ ਕਰਨਗੇ ਅੱਜ। ਇਹ ਇੱਥੋਂ ਜਿਹੜੀ ਹੈ ਜੀ ਬਾਜ਼ਾਰ ਦੇ ਵਿੱਚ ਦੀ ਹੁੰਦੀ ਹੋਈ ਜਿਹੜਾ ਮਦਰ ਇੰਡੀਆ ਕਾਲਜ ਆ ਉਹਦੇ ਵਿੱਚ ਜਾਵੇਗੀ, ਅਤੇ ਉੱਥੋਂ ਨਿਆਲ ਕਾਲਜ ਜਿਹੜਾ ਹੈਗਾ ਪਾਤੜਾਂ ਉਹਦੇ ਵਿੱਚ ਪਹੁੰਚੇਗੀ। ਪਾਤੜਾ ਤੋਂ ਸਤਪਾਲ ਗਰਗ ਦੀ ਪਹੁੰਚ।